ਮੈਨੂੰ ਜਿੰਨੀ ਕੁ ਸਮਝ ਹੈ ਕਿ ਵੋਟ ਸਭ ਤੋਂ ਵੱਡਾ ਹਥਿਆਰ ਆ ਸਾਡਾ। ਇਹ ਇੰਨਾ ਕੁ ਇੰਨਾ ਕੁ ਜ਼ਬਰਦਸਤ ਹਥਿਆਰ ਆ ਕਿ ਇਹ ਸਾਰੇ ਹਥਿਆਰੇ ਦੇ ਅੱਗੇ ਫੇਲ ਹੋ ਜਾਂਦੇ ਨੇ। ਇਹਨਾਂ ਦਿਨਾਂ ਦੇ ਵਿੱਚ ਆ ਕੇ ਇੰਨੇ ਕੁ ਸਰਗਰਮ ਹੋ ਜਾਂਦੇ ਨੇ ਕਿ ਉਹ ਕੋਈ ਵੀ ਹੱਥ ਪੈਰ ਜੋੜ ਕੇ ਕਿਸੇ ਵੀ ਤਰ੍ਹਾਂ ਇੱਕ ਵਾਰ ਅਸੀਂ ਵੋਟਾਂ ਲੈ ਲਈਏ। ਦੀ ਡੇਟ ਦੇ ਵਿੱਚ ਹੰਕਾਰ ਅਤੇ ਲਾਲਚ ਸਿਰ ਚੜ੍ਹ ਕੇ ਬੋਲਦਾ ਪਿਆ ਹਰ ਬੰਦਾ ਇਸ ਟਾਈਮ। ਹਰ ਇਨਸਾਨ, ਚਾਹੇ ਉਹ ਬੱਚਾ ਇੱਕ ਦਿਨ ਦਾ ਜੰਮ ਜਵਾਕ ਜੰਮਦਾ, ਉਹ ਵੀ 1,00,000 ਰੁਪਏ ਕਰਜ਼ਾ ਥੱਲੇ ਆਉਂਦਾ ਹੈ, ਪਰ ਅੰਤ ਨੂੰ ਬੋਝ ਤਾਂ ਜਾ ਕੇ ਲੋਕਾਂ ਤੋਂ ਹੀ ਜਾਣਾ ਨਾ, ਹੋਰ ਕਿੱਥੋਂ ਆਊਗਾ। ਤਾਂ ਅਸੀਂ ਹੱਥ ਜੋੜ ਲਏ, ਸਲਾਮ ਕਰ ਲਿਆ ਵੀ ਇੱਕ ਲੀਡਰ ਆ ਗਿਆ, ਠੀਕ ਆ ਜੀ, ਉਹਦੇ ਮੂਹਰੇ ਅੱਗੇ ਪਿੱਛੇ ਪੈਣਾ। ਪਰ ਹੁਣ ਲੋਕ ਥੋੜ੍ਹਾ ਥੋੜ੍ਹਾ ਹੁਣ ਇੱਕ ਨਵੀਂ ਦਿਸ਼ਾ 'ਚ ਜਾ ਰਹੇ ਨੇ ਕਿ ਹਾਂ ਹੁਣ ਉਹ ਸਵਾਲ ਜਵਾਬ ਕਰਨ ਲੱਗ ਗਏ। ਪਰ ਵਿਚਾਰਾ ਜਿਹਨਾਂ ਕੋਲ ਰੁਜ਼ਗਾਰ ਨਹੀਂ ਹੈਗੇ ਜਾਂ ਜਿਹੜੇ ਬਹੁਤ ਗਰੀਬੀ ਦਾ ਦੇਖ ਰਹੇ ਨੇ, ਉਹ ਉਹਨਾਂ ਦੇ ਹਾਲਾਤ ਵਿਚਾਰੇ, ਉਹ ਕਈ ਵਾਰੀ ਉਹਨਾਂ ਨੂੰ ਸਟੈਪ ਲੈ ਜਾਂਦੇ ਨੇ ਇਸ ਤਰ੍ਹਾਂ ਦੇ, ਕੋਈ ਲਾਲਚ ਵਾਸਤੇ ਹਾਲਾਤ ਇੱਦਾਂ ਦੇ ਬਣਾਏ ਨੇ ਕਿ ਸਾਨੂੰ ਉਹ ਬਹੁਤ ਵੱਡੀ ਲੱਗਣ ਲੱਗ ਜਾਂਦੀ ਕਿ ਹਾਂ ਯਾਰ ਇਹ ਸਾਨੂੰ ਆਟਾ ਦਾਲ ਦੇ ਰਿਹਾ, ਇਹ ਸਾਨੂੰ ਤਾਂ ਬਹੁਤ, ਸਾਡਾ ਤਾਂ ਬੜਾ ਪੱਖ ਪੂਰਦਾ ਹੈ। ਸਾਰਿਆਂ ਨੂੰ ਪਹਿਲਾਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ। ਦੇਖੋ ਮੈਂ ਐਕਚੁਲੀ ਸਭ ਮੈਂ ਬੇਸਿਕਲੀ ਤਾਂ ਮੈਂ ਜੋਬ ਕਰਦਾ ਹਾਂ, ਜੋਬ ਦੇ ਦੌਰਾਨ ਉਸ ਤੋਂ ਬਾਅਦ ਜਿੱਦਾਂ ਮੈਨੂੰ ਟਾਈਮ ਮਿਲਦਾ ਮੈਂ ਉਹ ਪਾਣੀ ਬਚਾਉਣ ਦੇ ਉੱਤੇ, ਰੁੱਖ ਲਗਾਉਣ ਦੇ ਉੱਤੇ ਅਤੇ ਹਵਾ ਨੂੰ ਗੰਦਾ ਕਰਨ ਤੋਂ ਬਚਾਉਣ 'ਤੇ, ਜਿਵੇਂ ਕੋਈ ਕੂੜੇ ਕਰਕਟ ਨੂੰ ਅੱਗ ਲਾਉਂਦੇ ਨੇ ਜਾਂ ਕੁਛ ਇਸ ਤਰ੍ਹਾਂ ਦੀਆਂ, ਥੋੜ੍ਹਾ ਜਿਹਾ ਮੈਂ ਐਕਟੀਵਿਟੀਜ਼ 'ਤੇ ਕੰਮ ਕਰ ਰਿਹਾ ਸੀ ਪਿਛਲੇ ਕੁਛ ਸਾਲਾਂ ਤੋਂ। ਪਰ ਹਾਲਾਤ ਹੁਣ ਮੈਂ ਜੋ ਦੇਖ ਰਿਹਾ ਕਿ ਜੋ ਹੁਣ ਵੋਟਾਂ ਆ ਰਹੀਆਂ ਸੀ, ਤਾਂ ਮੈਂ ਇਸ ਸੰਬੰਧ ਦੇ ਵਿੱਚ ਕੁਛ ਅਰਸੇ ਤੋਂ ਸ਼ੁਰੂ ਕੀਤਾ ਸੀ ਇਸ ਦੇ ਉੱਤੇ ਕੰਮ ਕਰਨਾ, ਅਤੇ ਜਦੋਂ ਵੀ ਮੈਨੂੰ ਟਾਈਮ ਮਿਲਦਾ ਤਾਂ ਮੈਂ ਨਿਕਲਦਾ, ਵਿਚਰਦਾ, ਜਾਣਾ ਵਿੱਚ ਬਾਜ਼ਾਰ ਦੇ ਵਿੱਚ ਸੰਗਤ ਜਿੱਥੇ ਜ਼ਿਆਦਾ ਫੁੱਟਫਾਲ ਹੁੰਦਾ, ਤਾਂ ਕਿ ਇਹ ਮੈਸੇਜ ਵੱਧ ਤੋਂ ਵੱਧ ਜਾ ਸਕੇ। ਕਿਉਂਕਿ ਵੋਟ ਦਾ ਸਭ ਤੋਂ ਵੱਡਾ, ਚਾਹੇ ਠੀਕ ਆ ਜੋ ਵੀ ਹੈ ਮੋਰਚਾ ਵੀ ਹੈ, ਠੀਕ ਆ ਮੁਜ਼ਾਹਰਾ ਵੀ ਹੈ ਜਾਂ ਸ਼ਾਂਤਮਈ ਪ੍ਰਦਰਸ਼ਨ ਹੁੰਦੇ ਨੇ, ਪਰ ਮੈਨੂੰ ਜਿੰਨੀ ਕੁ ਸਮਝ ਹੈ ਕਿ ਵੋਟ ਸਭ ਤੋਂ ਵੱਡਾ ਹਥਿਆਰ ਆ ਸਾਡਾ। ਇਹ ਇੰਨਾ ਕੁ ਜ਼ਬਰਦਸਤ ਹਥਿਆਰ ਆ ਕਿ ਇਹ ਸਾਰੇ ਹਥਿਆਰੇ ਦੇ ਅੱਗੇ ਫੇਲ ਹੋ ਜਾਂਦੇ ਨੇ, ਜਿਹਦਾ ਕਿ ਪੋਲੀਟੀਸ਼ੀਅਨਸ ਨੂੰ ਪਤਾ ਹੁੰਦਾ ਪਰ ਸਾਨੂੰ ਨਹੀਂ ਪਤਾ ਸਾਡੇ ਹਥਿਆਰ ਦੀ ਕਿੰਨੀ ਵੱਡੀ ਤਾਕਤ ਹੈ। ਪੋਲੀਟੀਸ਼ੀਅਨਸ ਨੂੰ ਪਤਾ, ਇਸੇ ਕਰਕੇ ਉਹ ਇਹਨਾਂ ਦਿਨਾਂ ਦੇ ਵਿੱਚ ਆ ਕੇ ਇੰਨੇ ਕੁ ਸਰਗਰਮ ਹੋ ਜਾਂਦੇ ਨੇ ਕਿ ਉਹ ਕੋਈ ਵੀ ਹੱਥ ਪੈਰ ਜੋੜ ਕੇ ਕਿਸੇ ਵੀ ਤਰ੍ਹਾਂ ਇੱਕ ਵਾਰ ਅਸੀਂ ਵੋਟਾਂ ਲੈ ਲਈਏ, ਬਸ ਫਿਰ 5 ਸਾਲ ਸਾਡੀ ਮੌਜ ਹੈ, ਫਿਰ ਉਸ ਤੋਂ ਜੋ ਕੋਈ ਮਨਮਾਨੀ ਕਰੀਏ। ਤੁਸੀਂ ਵੀ ਦੇਖੋ ਅੱਜ ਦੀ ਡੇਟ ਦੇ ਵਿੱਚ ਹੰਕਾਰ ਅਤੇ ਲਾਲਚ ਸਿਰ ਚੜ੍ਹ ਕੇ ਬੋਲਦਾ ਪਿਆ ਜੋ ਹਾਲਾਤ ਬਣੇ ਹੋਏ ਨੇ। ਹੋਣਾ ਤਾਂ ਇਹ ਚਾਹੀਦਾ ਸੀ ਕਿ ਦੇਖੋ ਜੇ ਅਸੀਂ ਇਸ ਖੇਤਰ ਦੇ ਵਿੱਚ ਆਏ ਹਾਂ ਤਾਂ ਅਸੀਂ ਲੋਕਾਂ ਦੀ, ਜਨਤਾ ਦੀ ਸੇਵਾ ਕਰੀਏ, ਠੀਕ ਹੈ ਨਾ, ਜੋ ਹਾਲਾਤ ਜਿਸ ਤਾਂ ਲੋਕਾਂ ਦੇ ਜੀਵਨ 'ਚ ਸੁਧਾਰ ਲਿਆਈਏ, ਪਰ ਇਸ ਤਰ੍ਹਾਂ ਦਾ ਕੁਛ ਹਾਲੇ ਤੱਕ ਨਜ਼ਰ ਨਹੀਂ ਆ ਰਿਹਾ। ਪਿਛਲੇ 20 ਕੁ ਸਾਲ ਜਿੰਨੇ ਕੁ ਮੈਨੂੰ ਦਿਖਦੇ ਪਏ ਨੇ ਕਿ ਪੰਜਾਬ ਕਰਜ਼ੇ 'ਚ ਡੁੱਬਦਾ ਜਾ ਰਿਹਾ। ਹਰ ਬੰਦਾ ਇਸ ਟਾਈਮ, ਹਰ ਇਨਸਾਨ, ਚਾਹੇ ਉਹ ਬੱਚਾ ਇੱਕ ਦਿਨ ਦਾ ਜੰਮ ਜਵਾਕ ਜੰਮਦਾ, ਉਹ ਵੀ 1,00,000 ਰੁਪਏ ਕਰਜ਼ਾ ਥੱਲੇ ਆਉਂਦਾ ਹੈ, ਜੋ ਸਾਡੇ ਹਾਲਾਤ ਬਣੇ ਜਿੰਨਾ ਕਰਜ਼ਾ ਹੈ। ਔਰ ਇਹ ਫਿਗਰ ਅੰਕੜਾ ਵੱਧਦਾ ਜਾ ਰਿਹਾ, ਇਹਨੇ ਘੱਟ ਨਹੀਂ ਰਿਹਾ, ਵੱਧਦਾ ਜਾ ਰਿਹਾ ਹੈ। ਜਿੱਥੇ ਤੱਕ ਇਹ ਦੇਖਦਾ ਵੀ ਗੰਭੀਰਤਾ ਨਾਂ ਦੀ ਚੀਜ਼ ਨਹੀਂ ਹੈ, ਵੀ ਤੁਸੀਂ ਗੰਭੀਰਤਾ ਨਾਲ ਕੋਈ ਨਹੀਂ ਸੋਚਦਾ। ਅਗਲਾ ਕਹਿੰਦਾ ਡੰਗ ਟਪਾਓ, ਠੀਕ ਹੈ ਪੈਸਾ ਖਰਚੋ, ਪਰ ਉਹਨੂੰ ਇਹ ਨਹੀਂ ਪਤਾ ਸਾਡੇ ਵਸੀਲੇ ਕੀ ਨੇ, ਅਸੀਂ ਕਿੱਦਾਂ ਵਸੀਲਿਆਂ ਨੂੰ ਵਧਾਉਣਾ, ਕਿੱਦਾਂ ਆਮਦਨ ਨੂੰ ਵਧਾ ਕੇ ਕਿੱਦਾਂ ਲੋਕਾਂ ਦਾ ਜੀਵਨ ਖੁਸ਼ਹਾਲ ਕਰਨਾ। ਵਸੀਲੇ ਵਧਾਉਣ ਵੱਲ ਇੰਨਾ ਝੁਕਾਅ ਨਹੀਂ ਹੁੰਦਾ। ਖਰਚੇ ਤਾਂ ਜਿੰਨੇ ਮਰਜ਼ੀ ਕਰ ਲਓ, ਕਰਜ਼ਾ ਲੈ ਕੇ ਤੁਸੀਂ ਕਰਜ਼ੇ ਲੈ ਅਤੇ ਕਰਜ਼ੇ 'ਤੇ ਕਰਜ਼ਾ, ਕਰਜ਼ੇ 'ਤੇ ਕਰਜ਼ਾ ਚੜ੍ਹਾਈ ਜਾ ਰਹੇ ਹਾਂ ਅਸੀਂ। ਉਹ ਅਲਟੀਮੇਟਲੀ ਅੰਤ ਨੂੰ ਬੋਝ ਤਾਂ ਜਨਤਾ 'ਤੇ ਹੀ ਪੈਣਾ ਨਾ।
ਠੀਕ ਆ, ਹੁਣ ਤੁਸੀਂ ਦੇਖੋਗੇ ਫ੍ਰੀ ਵੀ ਤੁਸੀਂ ਆਹ ਕਰ ਦਿਓ, ਆਹ ਦੇ ਦਿਓ, ਇਹ ਦੇ ਦਿਓ, ਉਹ ਕਰ ਦਿਓ, ਪਰ ਅੰਤ ਨੂੰ ਬੋਝ ਤਾਂ ਜਾ ਕੇ ਲੋਕਾਂ ਤੋਂ ਹੀ ਜਾਣਾ ਨਾ, ਹੋਰ ਕਿੱਥੋਂ ਆਊਗਾ, ਹੋਰ ਤਾਂ ਕਿਤੋਂ ਪੂਰਾ ਨਹੀਂ ਹੋ ਸਕਦਾ ਹੈਗਾ। ਦੇਖੋ ਜਦ ਕੇ ਦੇਖਿਆ ਜਾਵੇ ਐਜੂਕੇਸ਼ਨ ਸੈਕਟਰ ਦੇ ਵਿੱਚ ਇਨਫਰਾਸਟ੍ਰਕਚਰ ਵੀਕ ਹੈ, ਪੂਅਰ ਹੈ, ਕੋਈ ਇੱਥੇ ਸਕਿਲਡ ਮੈਨ ਪਾਵਰ ਦੀ ਕਮੀ ਹੈ। ਫਿਰ ਹੈਲਥ ਸੈਕਟਰ ਲਾ ਲਓ, ਹੈਲਥ ਸੈਕਟਰ ਦੇ ਵਿੱਚ ਕੋਈ ਸਿਵਲ ਹਸਪਤਾਲ, ਕਿਸੇ ਨੂੰ ਪਤਾ ਨਹੀਂ ਹੈ ਸਿਵਲ ਹਸਪਤਾਲ ਨਾਂ ਦੀ ਕੋਈ ਚੀਜ਼ ਹੈ, ਠੀਕ ਹੈ ਨਾ, ਕਿਸੇ ਨੂੰ ਨਹੀਂ ਪਤਾ। ਇੰਨੇ ਮਹਿੰਗੇ ਇਲਾਜ ਨੇ, ਆਮ ਇਨਸਾਨ ਦੇ ਵੱਸ ਦਾ ਰੋਗ ਨਹੀਂ ਹੁੰਦਾ ਹੈ। ਇੱਕ ਵਾਰ ਜਿੱਥੇ ਕਿਤੇ ਘਰ ਦੇ ਵਿੱਚ ਬਿਮਾਰੀ ਵੜ ਗਈ, ਉਹ ਘਰ ਉੱਜੜ ਜਾਂਦੇ ਨੇ, ਘਰ ਹਿੱਲ ਜਾਂਦੇ ਨੇ, ਮੁੜ ਕੇ ਉਹ ਗੱਡੀ ਲੈਣ 'ਤੇ ਨਹੀਂ ਆਉਂਦੀ ਹੈਗੀ। ਜਦੋਂ ਕਿਸੇ ਘਰ ਕੋਈ ਬੰਦਾ ਲੋਨ ਲੈਂਦਾ, ਮੰਨ ਲਓ ਉਹ ਨਹੀਂ ਪੇ ਕਰ ਸਕਿਆ, ਹੋਰ ਲੋਨ ਲੈ ਲਿਆ, ਇੱਕ ਟਾਈਮ ਡੰਗ ਟਪਾਉਣਾ ਪਾਉਂਦਾ, ਅਲਟੀਮੇਟਲੀ ਕੀ ਹੁੰਦਾ, ਉਹ ਘਰ ਵਿਕ ਜਾਂਦਾ। ਹਾਲਾਤ ਐਸੇ ਨੇ ਹੁਣ, ਪਰ ਇਹ 'ਚ ਕੋਈ ਸ਼ੱਕ ਨਹੀਂ, ਤਬਦੀਲੀ ਬਹੁਤ ਆਈ ਆ ਇਸ ਟਾਈਮ, ਲੋਕਾਂ ਦੇ ਵਿੱਚ ਬਦਲਾਅ ਹੈ। ਲੋਕ ਸੋਚ ਰਹੇ ਨੇ ਕਿ ਵਾਕਈ ਸਵਾਲ ਕਿੱਦਾਂ ਕਰਨਾ, ਅਸੀਂ ਹੁਣ ਉਹ ਸਵਾਲ ਕਰਦੇ ਆ ਗਏ। ਅੱਗੇ ਤਾਂ ਇਹ ਅਸੀਂ ਹੱਥ ਜੋੜ ਲਏ, ਸਲਾਮ ਕਰ ਲਿਆ ਵੀ ਇੱਕ ਲੀਡਰ ਆ ਗਿਆ, ਠੀਕ ਆ ਜੀ, ਉਹਦੇ ਮੂਹਰੇ ਅੱਗੇ ਪਿੱਛੇ ਕਰਨਾ। ਪਰ ਹੁਣ ਲੋਕ ਥੋੜ੍ਹਾ ਥੋੜ੍ਹਾ ਹੁਣ ਇੱਕ ਨਵੀਂ ਦਿਸ਼ਾ 'ਚ ਜਾ ਰਹੇ ਨੇ ਕਿ ਹਾਂ, ਹੁਣ ਉਹ ਸਵਾਲ ਜਵਾਬ ਕਰਨ ਲੱਗ ਗਏ ਕਿ ਹਾਂ ਸਾਡੇ ਲਈ ਕੀਤਾ ਕੀ ਹੈ। ਇਸ ਵਾਰ ਮੈਂ ਦੇਖਿਆ ਕਿਸਾਨ ਅੰਦੋਲਨ, ਸਪੈਸ਼ਲੀ ਕਿਸਾਨ ਅੰਦੋਲਨ ਤੋਂ ਬਾਅਦ ਬਹੁਤ ਬਦਲਾਅ ਆਇਆ ਲੋਕਾਂ ਦੇ ਵਿੱਚ, ਬਹੁਤ ਚੇਂਜ ਆਈ ਹੈ। ਪਰ ਜਿਵੇਂ ਦੇਖਿਆ ਤੁਸੀਂ, ਇਹ ਵੀ ਇੱਕ ਚੀਜ਼ ਹੋਰ ਦੇਖੀ ਆ ਕਿ ਕੋਵਿਡ ਕਰਕੇ, ਕੋਈ ਹੋਰ ਹਾਲਾਤਾਂ ਕਰਕੇ ਬੇਰੁਜ਼ਗਾਰੀ ਬਹੁਤ ਵਧੀ ਆ। ਉਹ ਬੇਰੁਜ਼ਗਾਰੀ ਵਧਣ ਕਰਕੇ, ਜਾਂ ਕਹਿ ਲਓ ਗਰੀਬੀ ਦਾ ਜੋ ਸਤਰ ਵਧਣ ਕਰਕੇ, ਕੁਛ ਇੱਕ ਢਿੱਡ ਦੀ ਭੁੱਖ ਵੀ ਐਸੀ ਚੀਜ਼ ਹੁੰਦੀ ਆ ਕਿ ਬੰਦੇ ਤੋਂ ਮਜਬੂਰੀ ਵਰਸ਼ ਕਰਾ ਦਿੰਦੀ ਹੈ। ਕਿਉਂਕਿ ਦੇਖੋ ਅੱਜ ਮੈਂ ਵਰਸੇ ਰੁਜ਼ਗਾਰ ਹਾਂ, ਠੀਕ ਆ, ਮੇਰਾ ਹਾਲਾਤ ਰੁੱਖ ਕੁਛ ਹੋਰ ਹੈ, ਪਰ ਵਿਚਾਰਾ ਜਿਹਨਾਂ ਕੋਲ ਰੁਜ਼ਗਾਰ ਨਹੀਂ ਹੈਗੇ, ਜਾਂ ਜਿਹੜੇ ਬਹੁਤ ਗਰੀਬੀ ਦਾ ਦੇਖ ਰਹੇ ਨੇ, ਉਹ ਉਹਨਾਂ ਦੇ ਹਾਲਾਤ ਵਿਚਾਰੇ, ਉਹ ਕਈ ਵਾਰੀ ਉਹਨਾਂ ਨੂੰ ਸਟੈਪ ਲੈ ਜਾਂਦੇ ਨੇ ਇਸ ਤਰ੍ਹਾਂ ਦੇ, ਕੋਈ ਲਾਲਚ ਵਾਸੀ, ਹਾਂ ਜੇ ਅੱਜ ਮੈਨੂੰ ਕੁਛ ਮਿਲ ਰਿਹਾ, ਟੈਂਪਰੇਰੀਲੀ ਕੁਛ ਦੇ ਰਹੇ ਨੇ। ਹੁਣ ਲੋਕਾਂ ਨੂੰ ਅਸੀਂ ਆਟਾ ਦਾਲ 'ਤੇ ਲਾਇਆ, ਫ੍ਰੀ ਵਾਲੀ ਆਟਾ ਦਾਲ 'ਤੇ ਲਾਤਾ, ਹਾਂ ਉਹ ਇੰਨੇ ਹੀ ਇੱਕ ਬਹੁਤ ਵੱਡਾ ਸਾਡੇ ਲਈ, ਹਾਲਾਤ ਇੱਦਾਂ ਦੇ ਬਣਾਏ ਨੇ ਕਿ ਸਾਨੂੰ ਉਹ ਬਹੁਤ ਵੱਡੀ ਲੱਗਣ ਲੱਗ ਜਾਂਦੀ ਕਿ ਹਾਂ ਯਾਰ ਇਹ ਸਾਨੂੰ ਆਟਾ ਦਾਲ ਦੇ ਰਿਹਾ, ਇਹ ਸਾਨੂੰ ਤਾਂ ਬਹੁਤ, ਸਾਡਾ ਤਾਂ ਬੜਾ ਪੱਖ ਪੂਰਦਾ ਹੈ। ਰੁਜ਼ਗਾਰ ਨਾਂ ਦੀ ਕੋਈ ਚੀਜ਼ ਨਹੀਂ ਹੈ, ਕਿਉਂਕਿ ਤੁਸੀਂ ਇੰਪਲਾਇਮੈਂਟ ਕਿੱਦਾਂ ਜਨਰੇਟ ਕਰਨੀ ਆ, ਸਕਿਲਡ ਮੈਨ ਪਾਵਰ ਕਿੱਦਾਂ ਜਨਰੇਟ ਕਰਨੀ ਆ, ਉਹਦੇ ਬਾਰੇ ਪ੍ਰੈਕਟੀਕਲੀ ਕੁਛ ਨਹੀਂ ਹੈ। ਠੀਕ ਆ, ਇੱਕ ਪੜ੍ਹਾਈ ਕਰ ਲਈ, ਪੜ੍ਹਾ ਤਾਂ ਠੀਕ ਆ, ਮਾਂ ਬਾਪ ਦਾ ਕੋਸ਼ਿਸ਼ ਹੁੰਦੀ ਆ ਕਿ ਹਾਂ ਜ਼ੋਰ ਲੱਗ ਜਾਂਦਾ ਪੜ੍ਹਾਈਆਂ ਦੇ ਉੱਤੇ, ਪਰ ਉਹ ਬੰਦਾ ਸੋਚਦਾ ਕਿ ਹਾਂ ਪੜ੍ਹ ਜੂਗਾ ਫਿਰ ਮੇਰਾ ਵਜ਼ਨ ਹਲਕਾ, ਪਰ ਉਹ ਤੋਂ ਬਾਅਦ ਇੱਕ ਨਵੀਂ ਜੰਗ ਸ਼ੁਰੂ ਹੋ ਜਾਂਦੀ ਆ, ਨੌਕਰੀ ਦੀ ਸ਼ੁਰੂ ਹੋ ਜਾਂਦੀ ਆ, ਜੋ ਪੜ੍ਹਿਆ ਹੁੰਦਾ ਉਹਨੂੰ ਪ੍ਰੋਪਰ ਨੌਕਰੀ ਨਹੀਂ ਮਿਲਦੀ ਹੈਗੀ। ਹਾਲਾਤ ਹੀ ਕੁਛ ਇਸ ਤਰ੍ਹਾਂ ਦੇ ਬਣ ਚੁੱਕੇ ਨੇ।